ਓ ਮੈਂਡੀ ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ ਬਹੁਤ ਪਿਆਰ ਆਦਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਵਨੀਤ ਲੈ ਕੇ ਹਾਜ਼ਰ ਹੋ ਚੁੱਕਿਆ ਤੁਹਾਡੇ ਸਾਰਿਆਂ ਦਾ ਫੇਵਰੇਟ ਸ਼ੋਅ ਦਾ ਨਾਮ ਹੈ ਜੀ ਕੰਟੀਨੀ ਕਿਆ ਬਾਤ ਹੈ ਜੀ ਕਿਆ ਬਾਤ ਹੈ ਸ਼ਹਿਰ ਫਿਰੋਜ਼ਪੁਰ ਮੇਰਾ ਪਹਿਲਾ ਗੇੜਾ ਇੱਕ ਕਾਲਜ ਅਸੀਂ ਪਿਛਲੇ ਹਫ਼ਤੇ ਸ਼ੂਟ ਕੀਤਾ ਸੀਗਾ ਜੀ ਇਹ ਇੱਕ ਕਾਲਜ ਅਸੀਂ ਆਵਲਾ ਸ਼ੂਟ ਕਰਨਾ ਬਹੁਤ ਸੋਹਣਾ ਕੈਂਪਸ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਇਹ ਹੈਗਾ ਜੀ ਸ਼ੁਰੂਆਤ ਕਰਦੇ ਹਾਂ ਜੀ ਬੱਚਿਆਂ ਨਾਲ ਗੱਲਬਾਤ ਕਰਨ ਦੀ ਪਹਿਲਾ ਬੱਚਾ ਆਓ ਜੀ ਕਿਆ ਬਾਤ ਹੈ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਤੁਹਾਡਾ ਪੂਜਾ ਜੀ ਕਿੱਥੇ ਰਹਿੰਦੇ ਹੋ ਪੂਜਾ ਜੀ ਅੱਛਾ ਲੋਕਲ ਹੀ ਰਹਿੰਦੇ ਹੋ ਘਰੇ ਨੀ ਘਰ ਵੀ ਰਹਿੰਦੇ ਆ ਅੱਛਾ ਲੋਕਲ ਆ ਘਰ ਘਰ ਕਿੱਥੇ ਹੈਗਾ ਜੀ ਰਿੱਕੀ ਕਲੋਨੀ ਅੱਛਾ ਰਿੱਕੀ ਦੀ ਕਲੋਨੀ ਰਿੱਕੀ ਠੀਕ ਹੈ ਕਿਹੜਾ ਤੁਸੀਂ ਕੀ ਜੁਆਇਨ ਕੀਤਾ ਕੋਰਸ ਕਿਹੜਾ ਇੱਥੇ ਕੋਈ ਨੀ ਪਤਾ ਕੀ ਧੁੱਪ ਬੜੀ ਪੱਕੀ ਚਲੋ ਪੱਕੀ ਮੈਂ ਕਿਹਾ ਜੀ ਇੱਥੇ ਕਿਹੜਾ ਕੋਰਸ ਜੁਆਇਨ ਕੀਤਾ ਕੀ ਪੜ੍ਹਦੇ ਹੋ ਕੰਪਿਊਟਰ ਇੰਜੀਨੀਅਰਿੰਗ ਦੱਸੋ ਨਾ ਬੇਟਾ ਜੀ ਇਹ ਦੱਸੋ ਸ਼ੌਂਕ ਤੁਹਾਡੇ ਸਿੰਗਿੰਗ ਹੈ ਉਹ ਮੈਂ ਬਾਅਦ 'ਚ ਪੁੱਛਣਾ ਸੀਗਾ ਮੈਂ ਪੁੱਛਿਆ ਕੋਰਸ ਕਿਹੜਾ ਜੁਆਇਨ ਕੀਤਾ ਕੀ ਕਰਦੇ ਹੋ ਕਹਿੰਦੀ ਸਿੰਗਿੰਗ ਹੀ ਜੁਆਇਨ ਕੀਤੀ ਬਹੁਤ ਵਧੀਆ ਨਾ ਠੀਕ ਹੈ ਮੈਂ ਸਰ ਨੂੰ ਪੁੱਛ ਕੇ ਨਾ ਜੀ ਜਿਹੜਾ ਕੋਈ ਚੰਗਾ ਡਾਕਟਰ ਹੈ ਫਿਰੋਜ਼ਪੁਰ ਦਾ ਕੰਨਾਂ ਦਾ ਉਹ ਮੈਂ ਤੁਹਾਨੂੰ ਦੱਸ ਦੂੰਗਾ ਤੇ ਤੁਸੀਂ ਜ਼ਰੂਰ ਮੈਂ ਡਾਕਟਰ ਸਾਹਿਬ ਨੂੰ ਬਕਾਇਦਾ ਫੋਨ ਕਰ ਦੂੰਗਾ ਵੀ ਬੱਚੀ ਕੋਲੋਂ ਪੈਸਾ ਕੋਈ ਨਹੀਂ ਲੈਣਾ ਅੱਛਾ ਪਰਿਵਾਰ 'ਚ ਕੌਣ ਕੌਣ ਜੀ ਤੁਹਾਡੇ ਮੰਮੀ ਡੈਡੀ ਭੈਣ ਮੈਂ ਭਰਾ ਮੰਮੀ ਦੇ ਨਾਲ ਜੀ ਲਾ ਲਿਆ ਕਰੋ ਮੰਮੀ ਜੀ ਪਾਪਾ ਜੀ ਦੀਦੀ ਜੀ ਮੰਮੀ ਜੀ ਪਾਪਾ ਜੀ ਮੰਮੀ ਜੀ ਪਾਪਾ ਜੀ ਭੈਣ ਜੀ ਕੀ ਬਾਤ ਆ ਬਣੀ ਨਾ ਗੱਲ ਕੀ ਸੁਣਾਓਗੇ ਜੀ ਗਾਣਾ ਸੁਣਾਓ ਮੇਰੀਆਂ ਖਿਆਲਾਂ ਵਿੱਚ ਲੰਘਦੇ ਦਿਨ ਮੇਰੇ ਇੰਜ ਜੀਵੇ ਰਾਤ ਨੀ ਅੱਖੀਆਂ 'ਚ ਰਹਿਣ ਤੇਰੇ ਸੁਪਨੇ ਕਰਦਾ ਰਵਾ ਤੇਰੀ ਬਾਤ ਨੀ ਇਸ਼ਕ ਨਾ ਮੰਨਦਾ ਏ ਜਗ ਨੂੰ ਇਸ਼ਕ ਨਾ ਪੁੱਛਦਾ ਏ ਜ਼ਾਤ ਨੀ ਮੰਗਿਆ ਏ ਤੈਨੂੰ ਅਸੀਂ ਰੱਬ ਤੋਂ ਅੱਖੀਆਂ 'ਚ ਲੈ ਜਜ਼ਬਾਤ ਨੀ ਇੱਕ ਤੂੰ ਹੋਵੇ ਇੱਕ ਮੈਂ ਹੋਵਾਂ ਦੋਵੇਂ ਸਾਰੇ ਜਗ ਨੂੰ ਭੁੱਲ ਜਾਈਏ ਨੀ ਲਾਈਏ ਜਿਹੜੇ ਯਾਰੀਆਂ ਦਿਲ ਲਾ ਕੇ ਤੋੜ ਨਿਭਾਈਏ ਨੀ ਲੁੱਟ ਲੈ ਥੈਂਕ ਯੂ ਸੋ ਮਚ ਬਾਬਾ ਜੀ ਕਿਰਪਾ ਕਰ ਬਾਬਾ ਜੀ ਕਿਰਪਾ ਕਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਕਰਨ ਜੀ ਕਰਨ ਜੀ ਕਿੱਥੋਂ ਬਿਲੋਂਗ ਕਰਦੇ ਹੋ ਮਮਤੋੜ ਤੋਂ ਜੀ ਮਮਤੋੜ ਇਹ ਕਿੱਥੇ ਪੈਂਦਾ ਜੀ ਆਹ ਫਿਰੋਜ਼ਪੁਰ ਦੇ ਲਾਗੇ ਆ ਜੀ ਮਮਤੋੜ ਕਿਹੜਾ ਏਰੀਆ ਇੱਥੇ ਏਰੀਆ ਜੀ ਆਪਣਾ ਫਿਰੋਜ਼ਪੁਰ ਏਰੀਆ ਜੀ ਫਸਟ ਈਅਰ ਏਰੀਆ ਸਮਝ ਗਿਆ ਏਰੀਆ ਸਮਝ ਗਿਆ ਡਾਕਟਰ ਸਾਹਿਬ ਨੂੰ ਕਿਹੋ ਵੀ ਇਹਨੂੰ ਵੀ ਨਾਲ ਹੀ ਲੈ ਜੇ ਕਿੱਧਰ ਗਈ ਮੇਰੀ ਭੈਣ ਦੂਜੀ ਉਹਨੂੰ ਵੀ ਥੋੜਾ ਉੱਚਾ ਸੁਣਦਾ ਸੀ ਇਹ ਵੀਰ ਤੇਰਾ ਅੱਛਾ ਕੋਈ ਨਹੀਂ ਸਰ ਸਾਡਾ ਆਪਦਾ ਕਲੀਨਿਕ ਹੈ ਜੀ ਆਪਦਾ ਕਲੀਨਿਕ ਹੈ ਅੱਛਾ ਆਪਦੇ ਮੈਂ ਸਮਝਦਾ ਡਾਕਟਰਾਂ ਦੇ ਬੱਚੇ ਰਹਿ ਜਾਂਦੇ ਹੁੰਦੇ ਕਈ ਵਾਰ ਕੋਈ ਨਹੀਂ ਸਰ ਕੀ ਸੁਣਾਓਗੇ ਸਰ ਮੈਂ ਯਾਰੀਆਂ ਟੌਪ ਗਾਣਾ ਸੁਣਾਊਂਗਾ ਸੁਣਾਓ ਮੱਥੇ ਬਾਬੇ ਨਾਨਕ ਤੋਂ ਬਿਨਾ ਹੋਰ ਕਿਤੇ ਟੇਕੇ ਨਾ ਮਾਰੇ ਸਮਿਆਂ 'ਚ ਕਦੇ ਵਾਧੇ ਘਾਟੇ ਵੇਖੇ ਨਾ ਹੋ ਪਈ ਜਿਹਨੂੰ ਲੋੜ ਯਾਰ ਹੋਇਆ ਨਾ ਕਿ ਮੋੜ ਜਿਹਨੂੰ ਲੋੜ ਯਾਰ ਹੋਇਆ ਨਾ ਕਿ ਮੋੜ ਚੱਲਦੀਆਂ ਗੋਲੀਆਂ 'ਚ ਸੀਨੇ ਚੁੱਕ ਤੇ ਨੀ ਸਾਡਾ ਯਾਰੀਆਂ 'ਚ ਨਾ ਬੋਲਦਾ ਏ ਟੌਪ ਤੇ ਨੀ ਸਾਡਾ ਯਾਰੀਆਂ 'ਚ ਨਾ ਬੋਲਦਾ ਏ ਟੌਪ ਤੇ ਨੀ ਸਾਡਾ ਯਾਰੀਆਂ ਚਲੇ ਗਏ ਘਰਾਂ ਨੂੰ ਆਪਣੇ ਕੀ ਕਰਦੇ ਕਰਿਆਣੇ ਦੀ ਦੁਕਾਨ ਕਰਦੇ ਅੱਛਾ ਜੀ ਕਰਿਆਣੇ ਦੀ ਦੁਕਾਨ ਚਾਚਾ ਜੀ 4 ਹੋ ਗਏ ਉਸ ਤੋਂ ਬਾਅਦ ਤੁਹਾਡੇ ਡੈਡੀ ਹੋ ਗਏ 5 ਤੇ ਤਾਇਆ ਜੀ ਕਿੰਨੇ ਚਾਚਾ ਜੀ 4 ਹੋ ਗਏ ਡੈਡੀ 5 ਅੱਗੇ ਡੈਡੀ 5 ਤੁਹਾਡੀ ਗੱਲ ਧਿਆਨ ਨਾਲ ਸੁਣਨੀ ਪੈਂਦੀ ਹੈ ਨਾ ਟੀਵੀ ਤੇ ਆ ਰਹੇ ਕੀ ਸੁਣਾਓਗੇ ਸਭ ਤੋਂ ਪਹਿਲਾਂ ਆਪਣਾ ਆਪਣੇ ਡਿਪਾਰਟਮੈਂਟ ਆਰਕੀਟੈਕਟ ਡਿਪਾਰਟਮੈਂਟ ਦਾ ਧੰਨਵਾਦ ਕਰਨਾ ਚਾਹੁੰਦੇ ਆ ਓਕੇ ਜੀ ਟੀਚਰ ਬਹੁਤ ਵਧੀਆ ਨੇ ਕੀ ਬਾਤ ਹੈ ਨੰਬਰ ਲਾ ਦਿਓ ਮੁੰਡੇ ਦੇ
ਸੁਣਾਓ ਗਾਣਾ ਕੀ ਗਾਣਾ ਸੁਣਾਉਣਾ ਹਾਂਜੀ ਸੁਣਾਓ ਸੁਣਾਓ ਕੀ ਬਾਤ ਕੋਈ ਪੱਖਾ ਹਵਾ ਦਿੰਦਾ ਹਾਏ ਕੋਈ ਪੱਖਾ ਹਵਾ ਦਿੰਦਾ ਨੇਕ ਨਸੀਬ ਹੋਵਣ ਸੋਹਣੇ ਟੀਚਰ ਖੁਦਾ ਦਿੰਦਾ ਪਰ ਟੀਚਰ ਖੁਦਾ ਦਿੰਦਾ ਹੋ ਸੋਹਣੇ ਟੀਚਰ ਖੁਦਾ ਦਿੰਦਾ ਕੀ ਬਾਤ ਹੈ ਕੀ ਬਾਤ ਦੂਜਾ ਆਪਾਂ ਜਮਲੇ ਜੱਟ ਦੇ ਫੈਨ ਆ ਜੀ ਜਮਲਾ ਜੱਟ ਜੀ ਜੀ ਲਾਇਆ ਕਰੋ ਯਾਰ ਜੀ ਠੀਕ ਹੈ ਜੀ ਜਮਲਾ ਜੱਟ ਹੈ ਕਹਿੰਦਾ ਜਿਵੇਂ ਤੇਰਾ ਜੂਨੀਅਰ ਹੀ ਜਮਲਾ ਜੱਟ ਜੀ ਉਸਤਾਦ ਜੀ ਉਸਤਾਦ ਉਸਤਾਦ ਲਾਲ ਚੰਦ ਜਮਲਾ ਜੱਟ ਜੀ ਠੀਕ ਹੈ ਜੀ ਹਾਂਜੀ ਸੁਣਾਓ ਜੀ ਉਹ ਵਿਸਕੀ ਦੀ ਬੋਤਲ ਵਰਗੀ ਮੈਂ ਇੱਕ ਕੁੜੀ ਫਸਾ ਲਈ ਓਏ ਉਹ ਮੇਰੇ ਦਿਲ ਦਾ ਬੋਝਾ ਖਾਲੀ ਸੀ ਉਹਦੇ ਵਿੱਚ ਪਾ ਲਈ ਓਏ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਮਹਾਰਾਜ ਭਾਗ ਲਾਉਣ ਚੜ੍ਹਦੀ ਕਲਾ ਚਲੋ ਚੜ੍ਹਦੀ ਕਲਾ ਆਓ ਜੀ ਆਓ 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 ਮੇਰੀ ਭੈਣ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਤੁਹਾਡਾ ਕੀਰਤੀ ਹੈ ਜੀ ਕੀਰਤੀ ਮਾਈਕ 'ਚ ਬੋਲੋ ਜੀ ਮਾਈਕ ਦਿੱਤਾ ਤੁਹਾਨੂੰ ਕੀਰਤੀ ਕੀਰਤੀ ਜੀ ਕਿੱਥੇ ਰਹਿੰਦੇ ਹੋ ਜੀ ਕੀਰਤੀ ਫਿਰੋਜ਼ਪੁਰ ਕੈਂਟ ਓਕੇ ਜੀ ਕੌਣ ਕੌਣ ਪਰਿਵਾਰ 'ਚ ਤੁਹਾਡੇ ਮੰਮੀ ਡੈਡੀ ਬ੍ਰਦਰ ਐਂਡ ਦਾਦੂ ਓਕੇ ਜੀ ਮੰਮੀ ਜੀ ਹੋਮਿਕ ਓਕੇ ਜੀ ਡੈਡੀ ਜੀ ਸ਼ਾਪਕੀਪਰ ਕੀ ਬਾਤ ਹੈ ਕੀ ਬਾਤ ਹੈ ਕਿੰਨੇ ਭੈਣ ਭਰਾ 21 ਤੁਸੀਂ ਇਕੱਲੇ ਕਰ ਨਹੀਂ ਇੱਕ ਬ੍ਰਦਰ ਹੈ ਨਾ ਇੱਕ ਵੀਰਾ ਵੀਰਾ ਵੱਡਾ ਕਿ ਛੋਟਾ ਛੋਟਾ ਓਕੇ ਜੀ ਓਕੇ ਓਕੇ ਕਿਹੜਾ ਕੋਰਸ ਕੀਤਾ ਜਵਾਇਨ ਇੱਥੇ ਬੀਟੈਕ ਸੀਐਸਸੀ ਕੀ ਸੁਣਾਓਗੇ ਮੈਂ ਭੰਗੜਾ ਕਰਨਾ ਹੈ ਭੰਗੜਾ ਭੰਗੜਾ ਸੁਣਾਓਗੇ ਕਰਨਾ ਹੈ ਅੱਛਾ ਭੰਗੜਾ ਕਰਨਾ ਹੈ ਕੀ ਨਾਂ ਤੁਹਾਡਾ ਹਰਸ਼ਦੀਪ ਸਿੰਘ ਕੀ ਬਾਤ ਹੈ ਕਿੱਥੋਂ ਜੀ ਮੈਂ ਬੇਸਿਕਲੀ ਪਿੰਡ ਰੋਡੇ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਪਿੰਡ ਰੋਡੇ ਓਕੇ ਓਕੇ ਕੀ ਸੁਣਾਓਗੇ ਸਰ ਕਮਲ ਖਾਨ ਜੀ ਦਾ ਗਾਣਾ ਸੁਣਾਉਂਗਾ ਜੀ ਕੀ ਬਾਤ ਹੈ ਕੀ ਬਾਤ ਹੈ ਉਹ ਤਾਂ ਵੈਸੇ ਹੀ ਬਹੁਤ ਸੁਰੀਲੇ ਨੇ ਕੀ ਬਾਤ ਆਓ ਜੀ ਤੇਰੇ ਨਾਲ ਚੱਲਦੇ ਨੇ ਸਾਵੇ ਢੋਲਣਾ ਹਾੜਾ ਨਾ ਦੂਰ ਕਰੀ ਤੇਰੇ ਨਾਲ ਚੱਲਦੇ ਨੇ ਸਾਵੇ ਢੋਲਣਾ ਹਾੜਾ ਨਾ ਦੂਰ ਕਰੀ ਤੇਰੇ ਨਾਲ ਤੂੰ ਸੱਜਣਾ ਜੇ ਹੰਝੂ ਮੇਰੇ ਵੇਖੇ ਹੁੰਦੇ ਰੱਬ ਦਿਸੋਂ ਫਿਰ ਤੇਰੇ ਦੂਰ ਭੁਲੇਖੇ ਹੁੰਦੇ ਤੂੰ ਸੱਜਣਾ ਜੇ ਹੰਝੂ ਮੇਰੇ ਵੇਖੇ ਹੁੰਦੇ ਰੱਬ ਦਿਸੋਂ ਫਿਰ ਤੇਰੇ ਦੂਰ ਭੁਲੇਖੇ ਹੁੰਦੇ ਕਿੰਨਾ ਦਿਲ ਵਿੱਚ ਪਿਆਰ ਤੇਰੇ ਲਈ ਬੋਲ ਨਹੀਂ ਸਕਦੇ ਹਰ ਇੱਕ ਮੂਹਰੇ ਆਪਣਾ ਦਰਦ ਪਰੋਲ ਨਹੀਂ ਸਕਦੇ ਤੇਰੇ ਬਾਜੋਂ ਬੰਦ ਸਾਰੇ ਸਾਵੇ ਢੋਲਣਾ ਹਾੜਾ ਨਾ ਦੂਰ ਕਰੀ ਤੇਰੇ ਨਾਲ ਚੱਲਦੇ ਨੇ ਸਾਵੇ ਢੋਲਣਾ ਹਾੜਾ ਨਾ ਦੂਰ ਕਰੀ ਤੇਰੇ ਨਾਲ ਬਹੁਤ ਮਿੱਠਾ ਬਹੁਤ ਅੱਛਾ ਕੀ ਬਾਤ ਹੈ ਬਹੁਤ ਵੈਸੂ ਮੇਰਾ ਭਰਾ ਬਹੁਤ ਵੈਸੂ ਆ ਜਾਓ ਆ ਜਾਓ ਆ ਜਾਓ ਆ ਜਾਓ ਕੀ ਨਾਂ ਹੈ ਜੀ ਅਨਮੋਲ ਖੁੱਲਰ ਅਨਮੋਲ ਖੁੱਲਰ ਖੁੱਲਰ ਕਿੱਥੋਂ ਖੁੱਲਰ ਸਾਹਿਬ ਫਿਰੋਜ਼ਪੁਰ ਕੈਂਟ ਤੋਂ ਹੀ ਅੱਛਾ ਖੁੱਲਰ ਹਾਂਜੀ ਓਕੇ ਕੀ ਸੁਣਾਓਗੇ ਖੁੱਲਰ ਸਾਹਿਬ ਜਿੰਦਾਬਾਦ ਆ ਰਹੀ ਹਾਂ ਸੁਣਾਓ ਸੁਣਾਓ ਕੀ ਬਾਤ ਉਹ ਦਿਲ ਸ਼ੀਸ਼ੇ ਜਿਹੇ ਸਾਫ ਨੇ ਭਾਵੇਂ ਸ਼ਕਲਾਂ ਦੇ ਪੱਕੇ ਆ ਉਹ ਸਾਤੋਂ ਸ਼ੁਰੂ ਹੋਣ ਬਾਜੀਆਂ ਅਸੀਂ ਹੁਕਮ ਦੇ ਯੱਕੇ ਆ ਸਾਨੂੰ ਉਹ ਨਾ ਜਿਣਾ ਜਾਣੀ ਬੱਲੀਏ ਥੁੱਕ ਕੇ ਜੋ ਲੈਂਦੇ ਚਟਨੀ ਜਿੰਦਾਬਾਦ ਰਹਿਣ ਬਿੱਲੋ ਯਾਰੀਆਂ ਜਿੰਨਾ ਕਰਦੇ ਜੇ ਉਹਦਾ ਚਟਨੀ ਜਿੰਦਾਬਾਦ ਰਹਿਣ ਬਿੱਲੋ ਯਾਰੀਆਂ ਜਿੰਨਾ ਕਰਕੇ ਜੇ ਆਉਂਦਾ ਚਟਨੀ ਬਹੁਤ ਕਮਾਲ ਬਹੁਤ ਕਮਾਲ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਆਓ ਜੀ ਆਓ ਆਓ ਆਓ
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਗੁਰਪ੍ਰੀਤ ਸਿੰਘ। ਬਹੁਤ ਸੋਹਣਾ ਜਿਹੜਾ ਇਹ ਬਟਨ ਸਾਈਡ ਤੇ ਲਵਾਏ ਨਾ, ਜਦੋਂ ਕੁੜੀ ਵਾਲੇ ਆਏ ਤੂੰ ਆਹੀ ਕੱਪੜੇ ਪਾ ਕੇ ਬਹਿਣਾ ਭਾਈ, ਉਹ ਤੁਹਾਨੂੰ ਨਵੇਂ ਸਵਾ ਲਾਂਗੇ। ਹਾਂ ਨਹੀਂ, ਸਵਾ ਨਵੇਂ ਨਹੀਂ, ਪਰ ਬਟਨ ਐਂ ਹੀ ਹੋਣੇ ਚਾਹੀਦੇ। ਠੀਕ ਹੈ ਭਾਈ। ਬਹੁਤ ਸੋਹਣੀ ਪੱਗ ਹੈ, ਕਿਆ ਬਾਤ ਹੈ, ਮੁੰਡਾ ਸੋਹਣਾ ਸੁਨੱਖਾ। ਕੀ ਨਾਮ ਤੁਹਾਡਾ? ਗੁਰਪ੍ਰੀਤ ਸਿੰਘ। ਕਿੱਥੇ ਪੜ੍ਹਦੇ ਹੋ? ਇੱਥੇ ਹੀ ਫਿਰੋਜ਼ਪੁਰ। ਅੱਛਾ, ਇੱਥੇ ਹੀ ਪੜ੍ਹਦੇ ਹੋ? ਅੱਛਾ ਅੱਛਾ। ਰਹਿੰਦੇ ਕਿੱਥੇ ਹੋ? ਸਿਟੀ ਚ ਵੀਰੇ। ਇੱਥੇ ਹੀ ਰਹਿੰਦੇ ਹੋ? ਓਕੇ ਓਕੇ ਓਕੇ। ਨਾਨਕੇ ਕਿੱਥੇ ਹੈ? ਇੱਥੇ ਹੀ ਬਠਿੰਡੇ। ਬਠਿੰਡੇ ਆ? ਅੱਛਾ ਬਠਿੰਡੇ, ਕਿਆ ਬਾਤ ਹੈ, ਕਿਆ ਬਾਤ ਹੈ। ਨਾਨਕੇ ਪਰਿਵਾਰ ਚ ਹੋਰ ਕੌਣ ਕੌਣ? ਮਾਮਾ ਜੀ? ਹਾਂਜੀ, ਮਾਮਾ ਜੀ, ਮਾਮੀ ਜੀ। ਕਿੰਨੇ ਕਿੰਨੇ ਮਾਮੇ? ਇੱਕੋ ਹੀ ਮਾਮਾ। ਅੱਛਾ ਜੀ, ਮਾਮੀ ਜੀ? ਇੱਕੋ ਹੀ ਮਾਮੀ ਜੀ ਹੈ। ਨਹੀਂ, ਮਾਮੀ ਤਾਂ ਇੱਕੋ ਹੀ ਹੋਊਗੀ, ਪਰ ਜੇ ਇੱਕ ਮਾਮਾ ਯਾਰ। ਹਾਂਜੀ, ਇੱਕ ਮਾਮਾ ਜੀ, ਇੱਕ ਮਾਮੀ ਜੀ, ਕਜ਼ਨ, ਸਿਸਟਰ ਤੇ ਨਾਨੀ। ਨਾਨਕੇ ਵੱਧ ਚਿੱਤ ਲਾਦਾ ਕਿ ਦਾਦਕੇ? ਨਾਨਕੇ। ਨਾਨਕੇ? ਹਾਂਜੀ। ਭੂਆ ਜੀ ਕਿੰਨੀਆਂ? ਦੋ ਭੂਆ ਜੀ। ਓਕੇ, ਉਹ ਕਿੱਥੇ ਕਿੱਥੇ? ਇੱਕ ਮੁਕਤਸਰ, ਇੱਕ ਮਮਦੋਟ। ਇੱਕ ਮਮਦੋਟ? ਹਾਂਜੀ। ਓਕੇ, ਡੈਡੀ ਡੈਡੀ ਦਾ ਸੁਭਾਅ ਕਿੱਦਾਂ ਦਾ? ਵਧੀਆ ਜੀ, ਬਹੁਤ ਵਧੀਆ ਸੁਭਾਅ ਹੈ। ਕਿੱਦਾਂ ਦਾ ਫਿਰ ਵੀ? ਜੇ ਪਿਆਰ ਨਾਲ ਤੇ ਪਿਆਰ ਨਾਲ, ਜੇ ਗੁੱਸੇ ਨਾਲ ਤੇ ਫਿਰ ਗੁੱਸਾ ਸਿਰ ਹੀ ਲੱਗ ਜਾਂਦਾ। ਅੱਛਾ ਅੱਛਾ, ਜੇ ਪਿਆਰ ਨਾਲ ਤਾਂ ਫਿਰ ਪਿਆਰ ਨਾਲ ਹੈ, ਜੇ ਗੁੱਸੇ ਨਾਲ ਤਾਂ ਫਿਰ ਗੁੱਸੇ ਨਾਲ। ਬਹੁਤ ਵਧੀਆ ਆਨਸਰ ਦਿੱਤਾ ਯਾਰ, ਕਿਆ ਬਾਤ ਹੈ। ਗੁੱਸਾ ਫਿਰ ਸਿਰ ਹੀ ਹੈ। ਕੀ ਕਰਦੇ ਕੀ ਹੈ? ਵੁਡਨ ਕੰਟਰੈਕਟਰ ਹੈ ਜੀ। ਕਿਆ ਬਾਤ ਹੈ, ਕੀ ਕੀ ਸੁਣਾਉਂਗਾ ਮੇਰਾ ਭਰਾ? ਗਾਣਾ ਸੁਣਾਉਂਗਾ। ਸੁਣਾ ਸੁਣਾ। ਓ ਸ਼ੁਕਰ ਨਾ ਕਰੀਏ ਪੈਸੇ ਪਿੱਛੇ ਗਹਿਣੇ ਨਾ ਜ਼ਮੀਨ ਧਰੀਏ, ਓ ਸ਼ੁਕਰ ਕਰੀਦਾ ਸ਼ਿਕਵੇ ਨਾ ਕਰੀਏ ਪੈਸੇ ਪਿੱਛੇ ਗਹਿਣੇ ਨਾ ਜ਼ਮੀਨ ਧਰੀਏ, ਓ ਜਿੰਨਾ ਦਿੱਤਾ ਥੋੜਾ ਹਜੇ ਰੱਜਦੇ ਨੀ ਲੋਕ ਯਾਰੋ ਜੇਬਾਂ ਭਰਦੇ, ਜਿੰਨਾ ਰੱਬ ਦਿੱਤਾ ਏ ਜੇ ਇੰਨਾ ਵੀ ਨਾ ਦਿੰਦਾ ਫਿਰ ਕੀ ਕਰਦੇ, ਜਿੰਨਾ ਦਿੱਤਾ ਰੱਬ ਨੇ ਜੇ ਇੰਨਾ ਵੀ ਨਾ ਦਿੰਦਾ ਫਿਰ ਕੀ ਕਰਦੇ, ਹੋਏ ਆਪਣੇ ਤੋਂ ਤਗੜੇ ਨੂੰ ਵੇਖ ਕੇ ਨੀ ਡੋਲੀ ਦਾ, ਵੇਖ ਆਪਣੇ ਤੋਂ ਮਾੜੇ ਨਹੀਂ ਉਹ ਡੋਲੀ ਦਾ, ਆਪਣੇ ਤੋਂ ਮਾੜੇ ਨੂੰ ਨੀ ਵੇਖ ਕੇ ਹਸੀਦਾ ਵੇਖ, ਆਪਣੇ ਤੋਂ ਤਗੜੇ ਨੀ ਡੋਲੀ ਦਾ, ਲੱਗਦਾ ਪਤਾ ਨੀ ਪਾਸਾ ਪਲਟ ਜੇ ਕਦੋਂ ਐਵੇਂ ਆਵਾ ਤਵਾ ਰੱਬ ਨੂੰ ਨੀ ਬੋਲੀ ਦਾ, ਹੋਏ ਤੋਂ ਪਹਿਲਾਂ ਬੜੇ ਚਿਤਾ ਮੇਰੇ ਬਾਜਾਂ ਵਾਲੇ ਪਿਤਾ ਕੱਜ ਲਵੀ ਭਰਦੇ, ਹੋ ਜਿੰਨਾ ਰੱਬ ਦਿੱਤਾ ਏ ਜੇ ਇੰਨਾ ਵੀ ਨਾ ਦਿੰਦਾ ਫਿਰ ਕੀ ਕਰਦੇ, ਜਿੰਨਾ ਰੱਬ ਦਿੱਤਾ ਏ ਜੇ ਇੰਨਾ ਵੀ ਨਾ ਦਿੰਦਾ ਫਿਰ ਕੀ ਕਰਦੇ। ਬਹੁਤ ਸੋਹਣਾ ਗਾਣਾ, ਥੈਂਕ ਯੂ ਸੋ ਮਚ। ਬਹੁਤ ਸੋਹਣਾ, ਬਹੁਤ ਸੋਹਣਾ, ਬਹੁਤ ਸੋਹਣਾ। ਚੜ੍ਹਦੀ ਕਲਾ, ਚੜ੍ਹਦੀ ਕਲਾ ਚ ਰਹੋ, ਆ ਜਾਓ ਆ ਜਾਓ ਆ ਜਾਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਜੀ ਤੁਹਾਡਾ? ਪਾਰੁਲ। ਪਾਰੁਲ ਜੀ, ਓਕੇ ਜੀ, ਓਕੇ ਓਕੇ। ਤੁਹਾਡਾ ਨਾਂ ਜੀ? ਅਪਰਾਜਿਤਾ। ਹੈ ਜੀ? ਅਪਰਾਜਿਤਾ। ਅਪਰਾਜਿਤਾ, ਓਕੇ ਓਕੇ। ਕੀ ਕੀ ਕਰਨ ਲੱਗੇ ਹੋ ਜੀ? ਕੀ ਸੁਣਾਓਗੇ ਆ? ਡਾਂਸ? ਭੰਗੜਾ। ਭੰਗੜਾ ਕਰਨਾ, ਕਿੱਥੋਂ ਬਿਲੋਂਗ ਕਰਦੇ ਹੋ? ਪੜ੍ਹਦੇ ਕਿੱਥੇ? ਅੱਛਾ, ਇੱਥੇ ਹੀ। ਕਿਹੜਾ ਕਿਹੜਾ ਈਅਰ ਤੁਹਾਡਾ? ਫਸਟ ਈਅਰ। ਪਹਿਲਾ ਤੁਹਾਡਾ? ਤੁਹਾਡਾ ਵੀ ਪਹਿਲਾ, ਪਹਿਲੇ ਸਾਲੀ ਭੰਗੜੇ। ਕੀ ਨਾਂ ਜੀ ਤੁਹਾਡਾ? ਪੂਜਾ ਸਿੰਘ। ਪੂਜਾ ਜੀ, ਕਿੱਥੋਂ ਬਿਲੋਂਗ ਕਰਦੇ ਹੋ? ਬਿਹਾਰ। ਬਿਹਾਰ ਤੋਂ? ਕਿਆ ਬਾਤ ਹੈ, ਬੜੀ ਦੂਰੋਂ ਆਏ। ਮੈਂ ਕਿਹਾ ਬੜੀ ਦੂਰ ਸੇ ਆਇਓ? ਸਾਡੇ ਪਟਨਾ ਸਾਹਿਬ ਉੱਥੇ ਜੀ ਗੁਰਦੁਆਰਾ ਬਿਹਾਰ ਦੇ ਵਿੱਚ। ਓਕੇ ਓਕੇ, ਕਿਆ ਬਾਤ ਹੈ। ਬਿਹਾਰ ਕਿੱਥੇ ਰਹਿੰਦੇ ਹੋ ਜੀ? ਕਿਹੜਾ ਅੱਗੇ ਡਿਸਟ੍ਰਿਕਟ? ਕਿਹੜਾ ਗਿਆ? ਹੈਂ ਗਿਆ? ਗਿਆ ਨਹੀਂ, ਮੈਂ ਨਹੀਂ ਗਿਆ ਜੀ ਕਦੇ। ਐਕਚੁਅਲੀ ਆਈ ਬਿਲੋਂਗ ਫਰਮ ਗਿਆ। ਅੱਛਾ, ਯੂ? ਅੱਛਾ, ਬਹੁਤ ਗਿਆ, ਬਹੁਤ ਗਿਆ। ਹੈਂ ਜੀ? ਬਹੁਤ ਗਿਆ। ਅੱਛਾ ਅੱਛਾ ਅੱਛਾ, ਜਗ੍ਹਾ ਦਾ ਨਾਮ ਹੈ? ਮੈਂ ਸੋਚਿਆ ਮੈਨੂੰ ਪੁੱਛ ਰਹੇ ਵੀ ਗਿਆ, ਮੈਂ ਕਿਹਾ ਨਹੀਂ ਮੈਂ ਨਹੀਂ ਗਿਆ ਜੀ। ਅੱਛਾ ਅੱਛਾ ਜੀ, ਪਰਿਵਾਰ ਮੇਂ ਕੌਣ ਕੌਣ ਹੈ ਜੀ? ਕਿਆ ਬਾਤ ਹੈ। ਮੰਮੀ, ਪਾਪਾ, ਦੋ ਬੜੀ ਬਹਿਣ ਔਰ ਇੱਕ ਛੋਟਾ ਭਾਈ। ਕਿਆ ਬਾਤ ਹੈ, ਕਿਆ ਬਾਤ ਹੈ। ਹੱਸਦਾ ਰਵੇ ਪਰਿਵਾਰ, ਖੁਸ਼ ਰਵੇ ਪਰਿਵਾਰ। ਹਾਂ, ਮੇਰੀ ਦੁਆਏ ਦੇਣਾ ਉਨਕੋ। ਸਤਿ ਸ਼੍ਰੀ ਅਕਾਲ ਕਿਹੋ? ਤੁਹਾਡੇ ਕੀ ਕਹਿੰਦੇ ਨੇ? ਨਮਸਤੇ? ਹਾਂ ਨਮਸਤੇ। ਹਾਂ, ਮੇਰੀ ਨਮਸਤੇ ਕਹਿਣਾ ਕਿ ਸਤਿ ਸ਼੍ਰੀ ਅਕਾਲ ਹੀ ਕਹਦੇ, ਕੋਈ ਨਹੀਂ ਸਮਝ ਜਾਣਗੇ। ਹਾਂਜੀ ਹਾਂਜੀ। ਕਿੰਨਾ ਟਾਈਮ ਹੋ ਗਿਆ ਇੱਥੇ ਪੜ੍ਹਦੇ ਨੂੰ? ਇੱਕ ਸਾਲ। ਇੱਕ ਸਾਲ ਹੋ ਗਿਆ, ਵਧੀਆ ਲੱਗ ਗਿਆ ਦਿਲ ਪੰਜਾਬ 'ਚ? ਹਾਂ। ਪੰਜਾਬ ਮੇਂ ਸਭਸੇ ਅੱਛੀ ਬਾਤ ਕਿਆ ਲੱਗੀ? ਜੈਸੇ ਹੋਰ ਘੁੰਮਾ ਪੰਜਾਬ ਜਾਂ ਸਿਰਫ ਫਿਰੋਜ਼ਪੁਰੀ? ਸਿਰਫ ਫਿਰੋਜ਼ਪੁਰੀ। ਸਿਰਫ ਫਿਰੋਜ਼ਪੁਰੀ ਦੇਖਾ ਹੈ? ਫਿਰੋਜ਼ਪੁਰ ਮੇਂ ਕਿਆ ਕਿਆ ਦੇਖਾ ਆਪਨੇ? ਵਿਸ਼ਾਲ। ਵਿਸ਼ਾਲ ਦੇਖ ਲਿਆ? ਕੌਣ ਹੈ ਵਿਸ਼ਾਲ? ਪ੍ਰਾਹੁਣਾ ਹੈ ਹਮਾਰਾ। ਹਾਂਜੀ,
एक मिनट मैं सुनो दो मेरी भैन आई बिहार हाँ जी विशाल मेगा मार्ट अच्छा विशाल मेगा मार्ट मैं सोचा कि अपने को लग गया फिरोजपुर का ओके विशाल मेगा मार्ट देखा बॉर्डर देखा क्या बात है सल्यूट फौजी भाइयों को सल्यूट चलो क्या सुनाओगे क्या सुनाओगे मैं बॉलीवुड सॉन्ग सुनाने वाली हूँ तू बन जा गली बनारस की है नी तू बन जा गली बनारस ओके ओके आप चार्जर पे चलते हो ये वायरल मैंने सोचा कहीं आजकल सब कुछ चार्जिंग पे चल गया ना बंदे भी चलने अच्छा सुनाओ 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 बॉलीवुड गाना बहुत बढ़िया तू बन जा गली बनारस की मैं शाम तलक घूमती रहूं तेरी बातें चटपट चाट सी है तेरी आंखें गंगा घाट सी है मैं घाट किनारे सो जाऊं फिर सुबह सुबह मैं जागू तुझ में तू बन जा गली बनारस की मैं शाम तलक घूमती रहूं थैंक यू जमशेदपुर थैंक यू सो मच गॉड ब्लेस यू बाबा जी तरक्की देन साहिल है जी साहिल साहिल चलदा चलदा तू बोल ए आपे चलूगा किथों मैं फिरोजपुर तो ही ओके की सुनाउणा मैं गाना सुनाना अच्छा सुना फिर देख के वग जा पेड़ा दे पीछे हट दे हां होने हो रे होने सरदार नहीं जेड़े कम नू हथ पाइए उसे लाइए बहुत बढ़िया मननी सिखी सजना हार नहीं लाइए अखिया फिर कदे फेरिए ना रब दिला च कोई गद्दार नहीं क्या बात हो गुंजे तक लाहौर दे एक साडियो बोल हलाण वाले बहुत नॉलेज है बहुत सोना काम आ जा खेच ला भरावा क्या बात है मेरा भरा खुश कीता सत श्री अकाल जी की नाम तुहाडा मेरा नाम मोनू सिंह भाटिया है जी मोनू सिंह भाटिया ओ घर दे उधर उधर कर मैं की शौक है भाई शौक तो कोई खास नहीं है बट हॉकी खेलते हैं भाई हॉकी खेलते कबड्डी भी खेली जाती है क्या बात है खिलाड़ी बाकी थोड़ी किताबें पढ़ने का शौक है जी बहुत बढ़िया कितों मैं अबोहर तो बिलोंग करता जी अबोहर ओके सुनाओ कुछ फिर की पेश करूंगा मैं एक मैसेज देना चाहूंगा जी कहंदे पंजाब च पांच दरिया है गया पंजाब च पांच दरिया है गया छेवां बगल लग पिया उन्हूं कहंदे चिट्टे दा दरिया ते सानू बहुत शर्म दी गल है साडे वास्ते कि किथे भी गल आए हुण इत्थों बाहर दे बच्चे आंदे आ कहंदे तुहाडे पंजाब च सब तों ज्यादा नशा है ते ओह आपां वेखणा है कि इहनूं किद्दां रोकणा है ते अज अपने सामने यही है कि वीरो यही मैसेज है कि नशा छड्डो देश नू बचाओ तुसी युद्ध हो देश दा तुसी देश नू अगे लेके जा सकते हो जय हिंद सत श्री अकाल सत श्री अकाल जी सत श्री अकाल की नाम है तुहाडा प्रवीण बहुत बढ़िया किथों बिलोंग कर रहे जलालाबाद जलालाबाद ठीक है जी ठीक है परिवार च कौन कौन पापा मम्मा दो एक सिस्टर एंड दो ब्रदर ओके जी ओके की पेश करोगे जी डांस ओके जी आ जाओ भैन जी आ जाओ क्या बात अच्छा अच्छा मैडम जी आओ की नाम है ਤੁਹਾਡਾ ਜਸਵੀਰ ਕੌਰ ਓਕੇ ਕੀ ਪੜਾਉਨੇ ਹੋ ਜੀ ਮੈਂ ਸਿਵਲ ਇੰਜੀਨੀਅਰ ਦੀ ਟੀਚਰ ਸਿਵਲ ਇੰਜੀਨੀਅਰ ਅੱਛਾ ਕਿੱਥੋਂ ਜੀ ਕਿੱਥੋਂ ਬਿਲੋਂਗ ਕਰਦੇ ਫਿਰੋਜ਼ਪੁਰ ਤੋਂ ਹੀ ਹਾਂ ਲੋਕਲ ਓਕੇ ਪਰਿਵਾਰ ਠੀਕ ਠਾਕ ਜੀ ਹਾਂਜੀ ਵਧੀਆ ਓਕੇ ਪਰ ਕੌਣ ਪਰਿਵਾਰ ਚ ਮੰਮੀ ਨੇ
ਤੇ ਬ੍ਰਦਰ ਹੈ, ਤਿੰਨ ਸਿਸਟਰਸ ਨੇ ਮੇਰੇ। ਕੀ ਬਾਤ ਹੈ ਬਾਬਾ, ਚੜ੍ਹਦੀ ਕਲਾ 'ਚ ਰੱਖਿਆ ਤੁਹਾਨੂੰ ਸਾਰਿਆਂ ਨੂੰ। ਸੁਣਾਓ ਕੀ ਸੁਣਾਓਗੇ? ਡਾਂਸ ਪਰਫਾਰਮੈਂਸ ਹੈ। ਡਾਂਸ ਪਰਫਾਰਮ ਕਰੋ, ਕਿਹੜੇ ਗਾਣੇ ਤੇ ਜੀ? ਯੇ ਬੇਬੀ। ਮੰਮੀ ਪਾਪਾ ਦਾਦੀ। ਅੱਛਾ ਅੱਛਾ ਅੱਛਾ, ਠੀਕ ਹੈ। ਸੁਣਾਓ ਜੀ, ਲਾ ਲਿਆ ਕਰੋ ਨਾਲ ਤੇ ਗਾਣਾ ਸੁਣਾਓ। ਉਹ ਹੁਣ ਲਾ ਕੇ ਯਾਰੀ ਸਾਡੇ ਨਾਲ ਅੱਕ ਗਈ ਤੇ ਕਹਿ ਕੇ ਦੇਸੀ ਜਿਹਾ ਸਾਨੂੰ ਬਿਲੋ ਛੱਡ ਗਈ। ਉਹ ਹੁਣ ਲਾ ਕੇ ਯਾਰੀ ਸਾਡੇ ਨਾਲ ਅੱਕ ਗਈ ਤੇ ਕਹਿ ਕੇ ਪੇਂਡੂ ਜਿਹਾ ਸਾਨੂੰ ਬਿਲੋ ਛੱਡ ਗਈ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਬਹੁਤ ਬੈਸੀ ਮੇਰਾ ਭਰਾ, ਖੁਸ਼ ਰਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਤੁਹਾਡਾ? ਯੋਗਿਤਾ ਸ਼ਰਮਾ। ਓਕੇ, ਤੁਸੀਂ ਪੜ੍ਹਾਉਂਦੇ ਹੋ ਜੀ ਉਰੇ? ਹਾਂਜੀ। ਕੀ ਪੜ੍ਹਾਉਂਦੇ ਹੋ ਜੀ? ਮੈਂ ਮਕੈਨੀਕਲ ਇੰਜੀਨੀਅਰਿੰਗ ਨੂੰ, ਬੀਟੈਕ ਮਕੈਨੀਕਲ ਇੰਜੀਨੀਅਰਿੰਗ। ਕੀ ਬਾਤ ਹੈ ਜੀ, ਕਿੱਥੋਂ ਆਪ ਕਿੱਥੋਂ ਪੜ੍ਹੇ ਤੁਸੀਂ? ਮੈਂ ਵੀ ਇੱਥੇ ਹੀ ਪੜ੍ਹੀ। ਅੱਛਾ, ਇੱਥੇ ਪੜ੍ਹੇ ਤੇ ਇੱਥੇ ਲੱਗ ਗਏ? ਹਾਂਜੀ। ਬਹੁਤ ਵਧੀਆ, ਬਹੁਤ ਵਧੀਆ ਗੱਲ ਹੈ। ਥੈਂਕ ਯੂ ਜੀ। ਜਿੱਥੇ ਪੜ੍ਹੇ ਉੱਥੇ ਪਲੇਸਮੈਂਟ ਹੋ ਗਈ? ਹਾਂਜੀ। ਕੀ ਸ਼ੌਂਕ ਹੈ ਜੀ? ਸ਼ੌਂਕ ਕਵਿਤਾ ਬੋਲਣਾ, ਲਿਖਣਾ। ਚਲੋ ਕਵਿਤਾ ਸੁਣਾਓ ਜੀ, ਆਪ ਲਿਖਦੇ ਹੋ? ਹਾਂਜੀ। ਸੁਣਾਓ, ਕੀ ਬਾਤ ਹੈ, ਬਹੁਤ ਵਧੀਆ। ਮੈਂ ਤਿਤਲੀ ਵਾਕਰ ਉੜਨਾ ਚਾਹੁੰਦੀ ਸੀ, ਮੈਂ ਤਿਤਲੀ ਵਾਕਰ ਉੜਨਾ ਚਾਹੁੰਦੀ ਸੀ, ਰੰਗ ਬਿਰੰਗੇ ਪੰਖੀ ਰੂਪੀ ਸੁਪਨਿਆਂ ਨੂੰ ਸਾਰੀ ਦੁਨੀਆ ਵਿੱਚ ਪਹੁੰਚਾਉਣਾ ਚਾਹੁੰਦੀ ਸੀ। ਨਾ ਪਸੰਦ ਸੀ ਆਜ਼ਾਦੀ ਮੇਰੀ ਮੇਰੇ ਆਪਣਿਆਂ ਨੂੰ, ਨਾ ਪਸੰਦ ਸੀ ਆਜ਼ਾਦੀ ਮੇਰੀ ਮੇਰੇ ਆਪਣਿਆਂ ਨੂੰ, ਮੇਰੀ ਆਵਾਜ਼ ਨੂੰ ਰੋਕ ਦਿੱਤਾ ਗਿਆ ਅਤੇ ਅੱਜ ਮੈਂ ਫਿਰ ਕੈਦ ਹੋ ਗਈ, ਅੱਜ ਮੈਂ ਫਿਰ ਕੈਦ ਹੋ ਗਈ। ਮੈਂ ਕੋਇਲ ਵਾਕਰ ਕੁੱਕਣਾ ਚਾਹੁੰਦੀ ਸੀ, ਮੈਂ ਕੋਇਲ ਵਾਕਰ ਕੁੱਕਣਾ ਚਾਹੁੰਦੀ ਸੀ, ਮਿੱਠੀ ਮਿੱਠੀ ਖੁਸ਼ਬੂ ਮੇਰੇ ਜਜ਼ਬਾਤਾਂ ਦੀ ਸਾਰੀ ਦੁਨੀਆ ਨੂੰ ਸੰਘਾਉਣਾ ਚਾਹੁੰਦੀ ਸੀ। ਨਾ ਪਸੰਦ ਸੀ ਖੇੜਾ ਮੇਰਾ ਮੇਰੇ ਆਪਣਿਆਂ ਨੂੰ, ਮੇਰੀ ਆਵਾਜ਼ ਨੂੰ ਰੋਕ ਦਿੱਤਾ ਗਿਆ ਅਤੇ ਅੱਜ ਮੈਂ ਫਿਰ ਕੈਦ ਹੋ ਗਈ, ਅੱਜ ਮੈਂ ਫਿਰ ਕੈਦ ਹੋ ਗਈ। ਕੀ ਬਾਤ ਹੈ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਥੈਂਕ ਯੂ ਸੋ ਮਚ, ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ, ਧੰਨਵਾਦ ਧੰਨਵਾਦ, ਖੁਸ਼ ਰਹੋ, ਚੜ੍ਹਦੀ ਕਲਾ 'ਚ ਰਹੋ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੀ ਨਾਂ ਜੀ ਤੁਹਾਡਾ? ਵਧੀਆ। ਕੀ ਨਾਂ? ਲਖਵੀਰ ਕੌਰ। ਅੱਛਾ, ਤੁਹਾਡਾ ਜੀ? ਜਸਪ੍ਰੀਤ ਕੌਰ। ਓਕੇ, ਕੀ ਪੇਸ਼ ਕਰੋਗੇ ਜੀ? ਭੰਗੜਾ। ਅਗਲੇ ਹਫ਼ਤੇ ਇੱਕ ਹੋਰ ਕਾਲਜ ਦੇ ਵਿੱਚ ਸ਼ੋਅ ਹੋਊਗਾ ਅਤੇ ਉੱਥੇ ਆਪਾਂ ਮਿਲਾਂਗੇ। ਕੀਪ ਸਪੋਰਟਿੰਗ, ਕੀਪ ਵਾਚਿੰਗ, ਕੰਟੀਨਿਊ ਮੰਡੀਰ ਨੂੰ ਪਿਆਰ ਕਰਦੇ ਰਹੋ, ਸ਼ੋਅ ਨੂੰ ਪਿਆਰ ਕਰਦੇ ਰਹੋ, ਜਾਇਓ ਕਿਤੇ ਨਾ, ਹੁਣ ਤੁਹਾਨੂੰ ਦਿਖਾਉਣਾ ਅਜੇ ਮੁੰਡਿਆਂ ਦਾ ਭੰਗੜਾ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਥੈਂਕਸ ਫੋਰ ਵਾਚਿੰਗ ਕੰਟੀਨਿਊ ਮੰਡੀਰ, MH1 ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਕਿ ਅਗਲੀਆਂ ਸ਼ੋਅਸ ਦੀਆਂ ਜਿਹੜੀਆਂ ਨੋਟੀਫਿਕੇਸ਼ਨਸ ਹੈਗੀਆਂ ਉਹ ਤੁਹਾਨੂੰ ਮਿਲ ਸਕਣ। ਥੈਂਕ ਯੂ ਸੋ ਮਚ ਜੀ, ਸਤਿ ਸ਼੍ਰੀ ਅਕਾਲ।